ਖੁਸ਼ੀ ਦਾ ਸਮਾਗਮ ਹੈ ਤਾਂ ਫਿਰ ਹੋਰ ਕੱਪੜੇ, ਫਿਰ ਸਤਸੰਗ ਦੇ 'ਚ ਜਾਣਾ ਹੈ। ਇੱਥੇ ਤਾਂ ਧਿਆਨ ਸਾਧਨਾ ਕਰਨੀ ਹੈ ਨਾ, ਮਨ ਇਕਾਗਰ ਕਰਨਾ, ਅਤੇ ਜੇ ਕੱਪੜਿਆਂ ਨੂੰ ਦੇਖ ਕੇ ਕਿਸੇ ਦਾ ਮਨ ਭਟਕਿਆ ਤਾਂ ਪਾਏ ਹੋਏ ਕੱਪੜੇ ਪਾਪ ਦਾ ਕਾਰਨ ਬਣ ਜਾਣਗੇ। ਹਰ ਜਗ੍ਹਾ ਦੀ ਆਪਣੀ ਡਰੈਸ ਆਉਂਦੀ, ਹਰ ਜਗ੍ਹਾ ਦੇ ਆਪਣੇ ਕੱਪੜੇ ਆਉਂਦੇ ਨੇ। ਕੱਪੜੇ ਮਨੁੱਖ ਦੇ ਮਨ ਨੂੰ ਪ੍ਰਭਾਵਿਤ ਕਰਦੇ ਨੇ, ਤਾਂ ਹੀ ਤਾਂ ਗੁਰੂ ਅਰਜਨ ਦੇਵ ਜੀ ਨੇ ਜ਼ਿਕਰ ਕਰ ਦਿੱਤਾ, ਤਾਂ ਹੀ ਤਾਂ ਕਬੀਰ ਕਹਿ ਰਹੇ ਨੇ। ਕਬੀਰ ਹੈਂਗੇ ਬਾਹਨ ਸਗਨ ਘਨ, ਛਤਰਪਤੀ ਕੀ ਨਾਰ, ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਿਹਾਰ। ਚੇਲੇ ਕਹਿਣ ਲੱਗੇ, ਭਗਤ ਜੀ ਉਹ ਕੱਪੜੇ ਜ਼ਰਰੀਦਾਰ ਨੇ, ਹੀਰੇ ਮੋਤੀ ਜੜਤ ਸਨ, ਇਹ ਤੇ ਖੱਦੜ ਹੈ, ਪਾਟਿਆ ਹੋਇਆ ਟਾਕੀਆਂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀਸ਼ਰ ਪ੍ਰਸਾਦ ਜਪ ਆਦ ਸੱਚ ਜੁਆਦ ਸੱਚ ਹੈ ਪੀ ਸੱਚ ਨਾਨਕ ਹੋਸ਼ੀ ਪੀ ਸੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀਸ਼ਰ ਪ੍ਰਸਾਦ ਜਪ ਆਦ ਸੱਚ ਜੁਆਦ ਸੱਚ ਹੈ ਪੀ ਸੱਚ ਨਾਨਕ ਹੋਸ਼ੀ ਪੀ ਸੱਚ। ਇੱਕ ਓਂਕਾਰ